ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀਓ, ਅੱਜ ਮੈਂ ਆਪ ਸਮੂਹ ਸਿੱਖ ਸੰਗਤਾਂ ਦੇ ਨਾਲ ਗੁਰਬਾਣੀ ਵਿਆਕਰਣ ਦੇ ਵਿਸ਼ੇ ਦੇ ਸੰਦਰਭ ਵਿੱਚ ਕੁਝ ਅਹਿਮ ਨੁਕਤੇ, ਕੁਝ ਅਹਿਮ ਵਿਚਾਰਾਂ ਜੋ ਹੈ ਉਹ ਆਪ ਸਮੂਹ ਸੰਗਤ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਜੀ। ਇਹਨੂੰ ਸੁਣੋ ਧਿਆਨ ਨਾਲ, ਕਿਉਂਕਿ ਸਾਧ ਸੰਗਤ ਮੈਂ ਕੁਝ ਦਿਨਾਂ ਤੋਂ ਇਹ ਗੱਲ ਸੋਚ ਰਿਹਾ ਸੀ ਵੀ ਸਿੱਖ ਸੰਗਤਾਂ ਦੇ ਨਾਲ ਗੁਰਬਾਣੀ ਵਿਆਕਰਣ ਦੇ ਵਿਸ਼ੇ ਦੇ ਸੰਬੰਧ ਵਿੱਚ ਕੁਝ ਅਹਿਮ ਨੁਕਤੇ, ਕੁਝ ਅਹਿਮ ਨਿਯਮ ਜਿਹੜੇ ਆ ਉਹ ਜ਼ਰੂਰ ਸਾਂਝੇ ਕੀਤੇ ਜਾਣ। ਕਿਉਂਕਿ ਸਾਧ ਸੰਗਤ ਇਹਨੂੰ ਯਾਦ ਰੱਖੋ, ਮੈਂ ਸਮਝਦਾ ਹਾਂ ਜੇਕਰ ਸਾਨੂੰ ਗੁਰਬਾਣੀ ਵਿਆਕਰਣ ਦੇ ਕੁਝ ਨਿਯਮ ਬਹੁਤੇ ਨਹੀਂ, ਕੁਝ ਕੁ ਨਿਯਮ, ਕੁਝ ਕੁ ਨੁਕਤੇ ਵੀ ਅਗਰ ਸਾਧ ਸੰਗਤ ਸਾਨੂੰ ਸਮਝ ਵਿੱਚ ਲੱਗ ਜਾਣ, ਤਾਂ ਮੈਂ ਸਮਝਦਾ ਹਾਂ ਵੀ ਸਾਡੇ ਵਾਸਤੇ ਨਾ ਜੀ ਗੁਰਬਾਣੀ ਦਾ ਸ਼ੁੱਧ ਪਾਠ ਕਰਨਾ ਬਹੁਤ ਈਜ਼ੀ ਹੋ ਜਾਏਗਾ, ਬਹੁਤ ਸੌਖਾ ਹੋ ਜਾਏਗਾ, ਅਤੇ ਗੁਰਬਾਣੀ ਨੂੰ ਸਮਝਣਾ ਅਤੇ ਉਸ ਤੋਂ ਵੀ ਸੌਖਾ ਹੋ ਜਾਏਗਾ। ਗੁਰਬਾਣੀ ਦੇ ਅਰਥ ਭਾਵਾਂ ਦੀ ਸਾਨੂੰ ਬੜੇ ਸੌਖੇ ਢੰਗ ਨਾਲ ਜਿਹੜੀ ਆ ਉਹ ਸਮਝ ਲੱਗਣੀ ਸ਼ੁਰੂ ਹੋ ਜਾਏਗੀ। ਤੋ ਸਾਧ ਸੰਗਤ ਆਓ ਅੱਜ ਦੇ ਇਸ ਪ੍ਰੋਗਰਾਮ ਦੀ ਅਸੀਂ ਸ਼ੁਰੂਆਤ ਕਰਦੇ ਹਾਂ, ਅਤੇ ਸਭ ਤੋਂ ਪਹਿਲਾਂ ਮੈਂ ਆਪ ਸਮੂਹ ਸੰਗਤ ਦੇ ਚਰਨਾਂ 'ਚ ਬੇਨਤੀ ਕਰਨਾ ਚਾਹਾਂਗਾ ਵੀ ਅੱਜ ਜਿਤਨੀ ਵੀ ਜਾਣਕਾਰੀ ਗੁਰਬਾਣੀ ਵਿਆਕਰਣ ਦੇ ਸੰਬੰਧ ਵਿੱਚ ਮੈਂ ਆਪ ਸਮੂਹ ਸੰਗਤ ਨਾਲ ਸਾਂਝੀ ਕਰਨ ਜਾ ਰਿਹਾ, ਇਹ ਗੱਲ ਯਾਦ ਰੱਖੋ, ਇਹ ਜਾਣਕਾਰੀ ਮੈਂ ਆਪਣੇ ਕੋਲੋਂ ਤੁਹਾਡੇ ਨਾਲ ਨਹੀਂ ਸਾਂਝੀ ਕਰਾਂਗਾ, ਬਲਕਿ ਆ ਤੁਸੀਂ ਦੇਖ ਸਕਦੇ ਹੋ ਮੇਰੇ ਹੱਥ ਦੇ ਵਿੱਚ ਇਸ ਸਮੇਂ ਇਹ ਕਿਤਾਬ ਆ ਜੀ। ਇਸ ਕਿਤਾਬ ਦਾ ਨਾਮ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦਾਂਤਿਕ ਲਗਾ ਮਾਤਰਾ ਦੇ ਗੁੱਝੇ ਭੇਦ। ਅਤੇ ਇਹ ਜਿਹੜੀ ਕਿਤਾਬ ਆ ਨਾ ਜੀ, ਮੈਂ ਆਪ ਸਮੂਹ ਸੰਗਤ ਨੂੰ ਦੱਸਣਾ ਚਾਹਾਂਗਾ ਵੀ ਇਹ ਕਿਤਾਬ ਗਿਆਨੀ ਤੇਜਾ ਸਿੰਘ ਜੀ MA ਇਹਨਾਂ ਦੀ ਲਿਖੀ ਹੋਈ ਆ, ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਇਹਨੂੰ ਛਾਪਿਆ ਗਿਆ, ਇਹਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ। ਅਤੇ ਸਭ ਤੋਂ ਵੱਡੀ ਗੱਲ ਇਹ ਆ ਜੀ, ਇਹ ਸ਼ਬਦਾਂਤਿਕ ਲਗਾ ਮਾਤਰਾ ਦੇ ਗੁੱਝੇ ਭੇਦ ਇਹ ਗੁਰਬਾਣੀ ਵਿਆਕਰਨ ਦੇ ਸੰਬੰਧ ਵਿੱਚ ਗਿਆਨੀ ਤੇਜਾ ਸਿੰਘ ਜੀ MA ਇਹਨਾਂ ਦੀ ਲਿਖੀ ਹੋਈ ਕਿਤਾਬ ਜਿਹੜੀ ਆ ਫਰੀ ਆਫ ਕੋਸਟ ਮੁਫਤ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਾਸੋਂ ਜਿਹੜੀ ਆ ਸਾਨੂੰ ਪ੍ਰਾਪਤ ਹੋ ਸਕਦੀ ਆ ਬਹੁਤ ਹੀ ਈਜ਼ੀ। ਅਤੇ ਸਾਧ ਸੰਗਤ ਇਸ ਕਿਤਾਬ ਦੀ ਖਾਸੀਅਤ ਇੱਕ ਹੋਰ ਵੀ ਆ, ਇਹ ਕਿਤਾਬ ਸਾਧ ਸੰਗਤ ਹੈ ਵੀ ਬਹੁਤ ਛੋਟੀ ਪਰ ਇਸ ਕਿਤਾਬ ਦੇ ਵਿੱਚ ਗੁਰਬਾਣੀ ਵਿਆਕਰਨ ਦੇ ਸੰਬੰਧ ਵਿੱਚ ਬੜੀ ਹੀ ਸੌਖੇ ਢੰਗ ਨਾਲ ਅਤੇ ਬਹੁਤ ਹੀ ਅਹਿਮ ਜਿਹੜੀ ਆ ਉਹ ਜਾਣਕਾਰੀ ਦਿੱਤੀ ਹੋਈ ਆ। ਮੈਂ ਆਪ ਸਮੂਹ ਸੰਗਤ ਨੂੰ ਜ਼ਰੂਰ ਇਹ ਗੱਲ ਸੁਜੈਸਟ ਕਰਾਂਗਾ ਵੀ ਇਸ ਕਿਤਾਬ ਨੂੰ ਇੱਕ ਵਾਰੀ ਜਿਹੜਾ ਹੈ ਤੁਸੀਂ ਜ਼ਰੂਰ ਪੜ੍ਹੋ, ਜਿਹੜੀਆਂ ਸਿੱਖ ਸੰਗਤਾਂ ਗੁਰਬਾਣੀ ਵਿਆਕਰਨ ਨੂੰ ਸਮਝਣਾ ਚਾਹੁੰਦੀਆਂ ਹਨ। ਗਿਆਨੀ ਤੇਜਾ ਸਿੰਘ ਨੇ ਜੀ ਇਸ ਕਿਤਾਬ ਦੇ ਵਿੱਚ 40 ਜਿਹੜੇ ਆ ਗੁਰਬਾਣੀ ਵਿਆਕਰਨ ਦੇ ਨਿਯਮ ਜਿਹੜੇ ਆ ਉਹ ਸਾਨੂੰ ਦੱਸੇ ਹੋਏ ਆ। ਅੱਜ ਆਪਾਂ ਇਸ ਕਿਤਾਬ ਦੇ ਵਿੱਚੋਂ ਸਭ ਤੋਂ ਪਹਿਲਾ ਨਿਯਮ ਜਿਹੜਾ ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਜਿਹੜਾ ਪਹਿਲਾ ਨਿਯਮ ਗਿਆਨੀ ਤੇਜਾ ਸਿੰਘ ਜੀ MA ਨੇ ਸ਼ਬਦਾਂਤਿਕ ਲਗਾ ਮਾਤਰਾ ਦੇ ਗੁੱਝੇ ਭੇਦ ਇਸ ਕਿਤਾਬ ਦੇ ਵਿੱਚ ਸਾਨੂੰ ਦੱਸਿਆ, ਉਹ ਦੱਸਿਆ ਜੀ ਮੁਕਤੇ ਬਾਰੇ। ਆ ਤੁਸੀਂ ਦੇਖ ਸਕਦੇ ਮੁਕਤੇ ਬਾਰੇ ਗਿਆਨੀ ਤੇਜਾ ਸਿੰਘ ਜੀ ਸਾਨੂੰ ਦੱਸ ਰਹੇ ਆ। ਇਹਨੂੰ ਸੁਣੋ ਧਿਆਨ ਨਾਲ ਸਾਧ ਸੰਗਤ, ਇੱਕ ਇੱਕ ਸ਼ਬਦ ਨੂੰ ਬੜੇ ਧਿਆਨ ਦੇ ਕੇ ਸੁਣੋ, ਫਿਰ ਸਾਨੂੰ ਗੱਲ ਜਿਹੜੀ ਆ ਉਹ ਸੌਖੀ ਸਮਝ ਵਿੱਚ ਆਏਗੀ। ਗਿਆਨੀ ਤੇਜਾ ਸਿੰਘ ਜੀ MA ਲਿਖਦੇ ਆ ਜੀ, ਜਿਹਨਾਂ ਨਾਵਾਂ ਦੇ ਅੰਤ ਵਿੱਚ ਨਾਮ ਸਮਝਦੇ ਹੋ ਜੀ, ਇੰਗਲਿਸ਼ ਵਿੱਚ ਇਹਨੂੰ ਆਪਾਂ ਕਹਿੰਦੇ ਨਾਊਨ। ਨਾਊਨ ਕੀ ਹੁੰਦਾ ਹੈ, ਨਾਮ ਕੀ ਹੁੰਦਾ ਹੈ? ਹਾਲਾਂਕਿ ਵੈਸੇ ਤਾਂ ਮੈਂ ਇਸ ਪ੍ਰੋਗਰਾਮ ਤੋਂ ਪਹਿਲਾਂ ਵਾਲੇ ਪ੍ਰੋਗਰਾਮਾਂ ਦੇ ਵਿੱਚ ਕਈ ਵਾਰ ਜਿਹੜਾ ਹੈ ਨਾਊਨ ਕੀ ਹੁੰਦਾ ਹੈ ਇਸ ਸੰਬੰਧੀ ਆਪ ਸਮੂਹ ਸੰਗਤ ਨਾਲ ਵਿਸ਼ੇਸ਼ ਕਰਕੇ ਜਾਣਕਾਰੀ ਜਿਹੜੀ ਉਹ ਸਾਂਝੀ ਕੀਤੀ ਹੋਈ ਆ, ਪਰ ਅੱਜ ਫਿਰ ਮੈਂ ਇੱਕ ਵਾਰ ਦੁਬਾਰਾ ਇਸ ਗੱਲ ਨੂੰ ਰਿਪੀਟ ਕਰਾਂਗਾ। ਸਾਧ ਸੰਗਤ, ਨਾਊਨ ਜਾਂ ਨਾਓ
ਉਹਨਾਂ ਸ਼ਬਦਾਂ ਨੂੰ ਕਿਹਾ ਜਾਂਦਾ, ਇਹਨੂੰ ਸੁਣੋ ਧਿਆਨ ਨਾਲ ਜੀ। ਜਿਹੜੇ ਸ਼ਬਦਾਂ ਤੋਂ ਸਾਨੂੰ ਕਿਸੇ ਥਾਂ, ਕਿਸੇ ਵਸਤੂ ਜਾਂ ਫਿਰ ਕਿਸੇ ਜੀਵ ਦਾ ਗਿਆਨ ਪ੍ਰਾਪਤ ਹੋਵੇ, ਸੌਖਾ ਵਾ, ਉਹਨਾਂ ਸ਼ਬਦਾਂ ਨੂੰ ਆਪਾਂ ਨਾਊਨ ਕਹਿੰਦੇ ਹਾਂ ਜੀ। ਆ ਸਤਸੰਗ ਮੈਂ ਕਿਤਾਬ ਪਕੜੀ, ਕਿਤਾਬ ਕੀ ਹੈ ਜੀ ਭਲਾ? ਕਿਤਾਬ ਨਾਊਨ ਆ। ਮੈਂ ਦਸਤਾਰ ਬੱਧੀ ਆ, ਮੇਰੀ ਦਸਤਾਰ ਕੀ ਹੈ ਜੀ? ਇਹ ਨਾਊਨ ਆ, ਨਾਵ। ਇਹ ਮੈਂ ਕੱਪੜੇ ਪਾਏ ਜੀ, ਕੱਪੜੇ ਕੀ ਆ ਜੀ? ਇਹ ਨਾਊਨ ਆ, ਨਾਵ ਆ। ਆ ਮੇਰੇ ਸਾਹਮਣੇ ਕੈਮਰਾ ਲੱਗਾ ਹੋਇਆ, ਕੈਮਰਾ ਕੀ ਆ ਜੀ? ਇਹ ਨਾਊਨ ਆ, ਨਾਵ। ਆ ਮੈਂ ਸਪੈਕਸ ਪਾਈ ਹੋਈ ਆ ਜੀ, ਐਨਕ ਲਗਾਈ ਆ, ਇਹ ਐਨਕ ਕੀ ਆ ਜੀ ਭਲਾ? ਨਾਊਨ ਆ, ਵਸਤੂ ਆ ਨਾ ਜੀ। ਮੇਰਾ ਨਾਮ ਸੁਖਵਿੰਦਰ ਸਿੰਘ, ਮੈਂ ਕੌਣ ਆ ਜੀ ਭਲਾ? ਮੈਂ ਨਾਊਨ ਆ ਜੀ, ਮੈਂ ਲੁਧਿਆਣਾ ਨਿਵਾਸੀ ਹਾਂ, ਲੁਧਿਆਣਾ ਸ਼ਹਿਰ। ਲੁਧਿਆਣਾ ਸ਼ਹਿਰ ਕੀ ਹੋ ਗਿਆ ਜੀ ਭਲਾ? ਨਾਊਨ, ਨਾਵ। ਕੋਈ ਅੰਮ੍ਰਿਤਸਰ ਰਹਿੰਦਾ ਵਾ ਜੀ, ਅੰਮ੍ਰਿਤਸਰ, ਉਹ ਕੀ ਹੋ ਗਿਆ ਜੀ? ਨਾਊਨ, ਨਾਵ। ਸੋ ਸੌਖਾ ਵਾ। ਗਿਆਨੀ ਤੇਜਾ ਸਿੰਘ ਜੀ, ਸਤਸੰਗਤ ਸਭ ਤੋਂ ਪਹਿਲਾਂ ਇਸ ਸ਼ਬਦਾਂਤਿਕ ਲਗਾ ਮਾਤਰਾ ਦੇ ਗੁੱਝੇ ਭੇਦ ਇਸ ਕਿਤਾਬ ਦਾ ਪਹਿਲਾ ਨਿਯਮ ਮੁਕਤਾ ਸਤਸੰਗ ਦੱਸਦੇ ਆ। ਮੁਕਤਾ ਸਿਰਲੇਖ ਦੇ ਹੇਠੋਂ ਲਿਖ ਰਹੇ ਆ ਵੀ ਜਿਹੜੇ ਨਾਵਾਂ ਜਾਂ ਨਾਉਣ ਵਾਲੇ ਸ਼ਬਦਾਂ ਦੇ ਅੰਤ ਵਿੱਚ ਔਂਕੜ ਹੋਵੇ ਉਹ ਆਮ ਕਰਕੇ ਇੱਕ ਵਚਨ ਹੁੰਦੇ ਆ। ਇੱਕ ਵਚਨ, ਬਹੁ ਵਚਨ, ਸਤਸੰਗਤ ਸ਼ਾਇਦ ਤੁਸੀਂ ਪੰਜਾਬੀ ਵਿਆਕਰਨ ਵਿੱਚ ਇਹਨਾਂ ਨੂੰ ਪੜ੍ਹਿਆ ਹੋਵੇਗਾ। ਇੱਕ ਕਿਤਾਬ, ਇੱਕ ਵਚਨ। ਬਹੁਤੀਆਂ ਹੁਣ ਬਹੁਤੀਆਂ ਕਿਤਾਬਾਂ ਨੂੰ ਆਪਾਂ ਕੀ ਕਹਿ ਦਿੰਦੇ ਜੀ? ਬਹੁ ਵਚਨ। ਇੱਕ ਦਸਤਾਰ, ਇੱਕ ਵਚਨ। ਬਹੁਤੀਆਂ ਹੁਣ ਦਸਤਾਰਾਂ, ਬਹੁ ਵਚਨ। ਸੌਖਾ ਵਾਈਜ਼ੀ ਆ। ਤੋ ਜਿਹੜੇ ਸ਼ਬਦ ਨਾਊਨ ਹੋਣ, ਨਾਵ ਹੋਣ, ਉਹਨਾਂ ਸ਼ਬਦਾਂ ਦੇ ਅਖੀਰਲੇ ਅੱਖਰ ਦੇ ਪੈਰ 'ਚ ਔਂਕੜ ਹੋਵੇ ਉਹ ਸ਼ਬਦ ਇੱਕ ਵਚਨ ਦੀ ਨਿਸ਼ਾਨੀ ਆ। ਅਤੇ ਗਿਆਨੀ ਤੇਜਾ ਸਿੰਘ ਜੀ ਅਗਲੀ ਗੱਲ ਲਿਖਦੇ ਆ ਵੀ ਉਹਨਾਂ ਸ਼ਬਦਾਂ ਨੂੰ, ਨਾਉਣ ਵਾਲੇ ਸ਼ਬਦਾਂ ਨੂੰ ਬਹੁ ਵਚਨ ਬਣਾਉਣ ਲਈ ਅੰਤਲੇ ਅੱਖਰ ਨਾਲੋਂ ਔਂਕੜ ਲਾ ਕੇ ਮੁਕਤਾ ਕੀਤਾ ਜਾਂਦਾ ਹੈ। ਹੁਣ ਅੱਗੇ ਸਤਸੰਗਤ ਗੁਰਬਾਣੀ ਦੀਆਂ ਕੁਝ ਪੰਕਤੀਆਂ ਦਾ ਪਾਠ ਆ ਜੀ, ਇਹਨੂੰ ਧਿਆਨ ਨਾਲ ਤੁਸੀਂ ਦੇਖੋ, ਗੱਲ ਹੋਰ ਸੌਖੀ ਸਮਝ ਵਿੱਚ ਆ ਜਾਏਗੀ। ਗਿਆਨੀ ਤੇਜਾ ਸਿੰਘ ਜੀ ਲਿਖਦੇ ਆ ਜੀ, ਸਭ ਤੋਂ ਪਹਿਲੀ ਪੰਕਤੀ ਗੁਰਬਾਣੀ ਦਾ ਪਾਠ, ਤਿੰਨ ਨੇਹ ਲੱਗਾ ਰੱਬ ਸੇਤੀ। ਇਸ ਪੰਕਤੀ ਦੇ ਪਾਠ 'ਚ ਤੁਸੀਂ ਦੇਖੋ, ਨੇਹ ਜਿਹੜਾ ਸ਼ਬਦ ਆ, ਨੇਹ ਸ਼ਬਦ ਨੰਨੇ ਦੇ ਉੱਪਰ ਇਕਲਾ ਹਾਹੇ ਦੇ ਪੈਰ 'ਚ ਔਂਕੜ ਲੱਗੀ ਹੋਈ ਹੈ। ਇਹ ਨੇਹ ਸ਼ਬਦ ਕੀ ਆ ਜੀ? ਇਹ ਇੱਕ ਵਚਨ ਆ, ਕਿਉਂਕਿ ਇੱਥੇ ਸਾਧ ਸੰਗਤ ਨੇਹ ਸ਼ਬਦ ਨਾਊਣ ਆ, ਨਾਊਣ ਸ਼ਬਦ ਹਾਹੇ ਦੇ ਪੈਰ 'ਚ ਔਂਕੜ ਸਾਨੂੰ ਦੱਸਦੀ ਆ ਵੀ ਇਹ ਇੱਕ ਵਚਨ ਦੀ ਨਿਸ਼ਾਨੀ ਆ। ਫਿਰ ਅਗਲੀ ਪੰਕਤੀ ਦਾ ਪਾਠ, ਸਭ ਕੂੜੇ ਟੁੱਟੇ ਨੇਹ। ਇੱਥੇ ਨੇਹ ਸ਼ਬਦ ਦਾ ਸਰੂਪ ਦੇਖੋ, ਨੰਨੇ ਉੱਤੇ ਇਕਲਾ ਹਾਹੇ ਦੇ, ਹਾਹਾ ਜਿਹੜਾ ਵਾ ਉਹ ਅੱਖਰ ਮੁਕਤਾ ਵਾ। ਹੁਣ ਇਹ ਨੇਹ ਸ਼ਬਦ, ਇੱਥੇ ਨੇਹ ਸ਼ਬਦ ਦਾ ਅਰਥ ਆ ਜੀ ਵੈਸੇ ਪਿਆਰ, ਇਹ ਗੱਲ ਯਾਦ ਰੱਖੋ। ਹੁਣ ਇੱਥੇ ਨੇਹ ਸ਼ਬਦ ਜਿਹੜਾ ਵਾ ਸਤਸੰਗਤ ਉਹ ਬਹੁ ਵਚਨ ਦਾ ਸੂਚਕ ਆ। ਇੱਕ ਵਚਨ ਹਾਹੇ ਪੈਰ 'ਚ ਔਂਕੜ ਆ, ਬਹੁ ਵਚਨ ਹਾਹਾ ਜਿਹੜਾ ਮੁਕਤਾ ਅੱਖਰ ਆ। ਫਿਰ ਇਹਦੇ ਤੋਂ ਅਗਲੀਆਂ ਪੰਕਤੀਆਂ ਦਾ ਪਾਠ ਤੁਸੀਂ ਦੇਖੋ, ਸਤਿਗੁਰ ਤਾਪ ਉਤਾਰਿਆ। ਇੱਥੇ ਜਿਹੜਾ ਤਾਪ ਸ਼ਬਦ ਆ ਜੀ, ਤੱਤੇ ਨੂੰ ਕੰਨਾ, ਪੱਪੇ ਦੇ ਪੈਰ 'ਚ ਔਂਕੜ, ਇਹ ਵੀ ਕੀ ਆ ਜੀ? ਇੱਕ ਵਚਨ। ਕਿਉਂ, ਕਿਵੇਂ ਪਤਾ ਲੱਗਾ? ਕਿਉਂਕਿ ਪੱਪੇ ਦੇ ਪੈਰ 'ਚ ਔਂਕੜ ਲੱਗੀ ਹੋਈ ਆ। ਇਹ ਔਂਕੜ ਸਾਨੂੰ ਦੱਸ ਰਹੀ ਆ ਵੀ ਇਹ ਸ਼ਬਦ ਨਾਊਨ ਪਲੱਸ ਇੱਕ ਵਚਨ ਆ। ਅਗਲੀ ਪੰਕਤੀ ਦਾ ਪਾਠ, ਤਾਪ ਰੋਗ ਗਏ ਗੁਰ ਬਚਨੀ। ਤਾਪ, ਤੱਤੇ ਨੂੰ ਕੰਨਾ, ਪੱਪਾ, ਇਸ ਸ਼ਬਦ ਦਾ ਸਰੂਪ ਪੱਪਾ ਅੱਖਰ ਮੁਕਤਾ ਵਾ। ਤੋ ਸਤਸੰਗਤ ਇਹ ਸ਼ਬਦ ਕੀ ਆ ਜੀ? ਬਹੁ ਵਚਨ। ਇੱਥੇ ਪੱਪੇ ਦੇ ਪੈਰ ਵਿੱਚ ਔਂਕੜ ਨਹੀਂ ਲੱਗੀ ਹੋਈ, ਜੇ ਔਂਕੜ ਲੱਗੀ ਹੁੰਦੀ ਫਿਰ ਇੱਕ ਵਚਨ ਹੋਣਾ ਸੀ, ਹੁਣ ਪੱਪਾ ਅੱਖਰ ਜਿਹੜਾ ਵਾ ਇਹ ਮੁਕਤਾ ਵਾ, ਇਸ ਵਾਸਤੇ ਇਹ ਸ਼ਬਦ ਕੀ ਆ ਜੀ? ਬਹੁ ਵਚਨ।
ਫਿਰ ਇਹਦੇ ਤੋਂ ਸਤਸੰਗ ਅੱਗੇ ਦੇਖੋ ਜੀ, ਨੌ ਦਰਵਾਜ਼ੇ ਦਸਵਾਂ ਦੁਆਰ, ਜਾਗਰ ਹੁਕਮ ਸੰਜੋਗੀ ਗੜ ਦਸ ਦੁਆਰ। ਪਹਿਲੀ ਪੰਕਤੀ ਦਾ ਪਾਠ ਆ ਜੀ, ਨੌ ਦਰਵਾਜ਼ੇ ਦਸਵਾਂ ਦੁਆਰ। ਦੁਆਰ ਦੱਦੇ ਦੇ ਪੈਰ 'ਚ ਔਂਕੜ, ਐੜੇ ਨੂੰ ਕੰਨਾ, ਰਾਰਾ ਰਾਰੇ ਦੇ ਪੈਰ 'ਚ ਔਂਕੜ। ਦੁਆਰ, ਦੁਆਰ ਦਾ ਅਰਥ ਆ ਜੀ ਦਰਵਾਜ਼ਾ, ਦਰਵਾਜ਼ਾ ਨਾਊਨ, ਅਤੇ ਰਾਰੇ ਦੀ ਪੈਰ 'ਚ ਲੱਗੀ ਔਂਕੜ ਸਾਨੂੰ ਕੀ ਦੱਸ ਰਹੀ ਆ ਜੀ? ਭਲਾ ਇਹ ਹੈ ਇੱਕ ਵਚਨ ਦੀ ਨਿਸ਼ਾਨੀ। ਸਤਸੰਗ ਦੀ ਗੱਲ ਸਮਝ ਆ ਰਹੀ ਆ, ਇਹਨੂੰ ਹੋਰ ਸਮਝੋ। ਰਾਰੇ ਦੇ ਪੈਰ 'ਚ ਲੱਗੀ ਔਂਕੜ, ਇਹ ਗੁਰਬਾਣੀ ਵਿਆਕਰਨ ਦੇ ਅਨੁਸਾਰ ਇੱਕ ਵਚਨ ਦੀ ਸੂਚਕ ਆ, ਇਹ ਸ਼ਬਦ ਨਾਊਨ ਆ। ਫਿਰ ਅਗਲੀ ਜਿਹੜੀ ਪੰਕਤੀ ਦਾ ਪਾਠ ਅਸੀਂ ਪੜ੍ਹਿਆ ਵਾ ਜੀ, ਹੁਕਮ ਸੰਜੋਗੀ ਗੜ ਦਸ ਦੁਆਰ। ਇੱਥੇ ਦਸ ਸ਼ਬਦ ਜਿਹੜਾ ਵਾ ਬਹੁਵਚਨ ਦਾ ਸੂਚਕ ਆ, ਦੁਆਰ ਸ਼ਬਦ ਦਰਬਾਰ ਦਰਵਾਜ਼ਾ, ਪਰ ਇੱਥੇ ਰਾਰਾ ਅੱਖਰ ਤੁਸੀਂ ਦੇਖੋ ਇਹ ਮੁਕਤਾ ਵਾ, ਰਾਰੇ ਦੇ ਅੱਖਰ ਵਿੱਚ ਕੋਈ ਔਂਕੜ ਨਹੀਂ ਲੱਗੀ ਹੋਈ। ਤੋ ਦਸ ਦਰਵਾਜ਼ੇ ਇੱਥੇ ਗੱਲ ਚੱਲ ਰਹੀ, ਦਸ ਦਰਵਾਜ਼ੇ ਬਹੁਵਚਨ ਦੀ ਗੱਲ ਚੱਲ ਰਹੀ, ਬਹੁਤੇ ਦਰਵਾਜ਼ਿਆਂ ਦੀ ਗੱਲ ਆ। ਤੋ ਸਾਹਸੰਗ ਬਹੁਤੇ ਦਰਵਾਜ਼ਿਆਂ ਦਾ ਅਰਥ ਆ ਇਹ ਸ਼ਬਦ ਬਹੁਵਚਨ ਆ। ਫਿਰ ਅੱਗੇ ਸੁਣੋ ਜੀ ਹੋਰ ਉਦਾਹਰਣਾਂ, ਜਨ ਰਾਤਾ ਹਰ ਨਾਮ ਕੀ ਸੇਵਾ। ਜਨ ਰਾਤਾ, ਜਨ ਸ਼ਬਦ, ਜੱਜਾ ਨੰਨੇ ਪੈਰ 'ਚ ਔਂਕੜ, ਜਨ ਦਾ ਅਰਥ ਹੁੰਦਾ ਵਾ ਸੇਵਕ। ਜਨ ਸ਼ਬਦ ਕੀ ਆ ਜੀ? ਭਲਾ ਜਨ ਨੰਨੇ ਪੈਰ ਲੱਗੀ ਔਂਕੜ ਸਾਨੂੰ ਦੱਸਦੀ ਆ, ਜਨ ਸ਼ਬਦ ਇੱਕ ਵਚਨ ਆ। ਫਿਰ ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਸੇ ਜਨ ਪਰ। ਹੁਣੇ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਦੀ ਪੰਕਤੀ ਦਾ ਪਾਠ ਆਪਾਂ ਕਈ ਵਾਰ ਪੜ੍ਹਦੇ ਹਾਂ ਜੀ, ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਜਨ ਜੱਜਾ ਨੰਨਾ। ਹੁਣ ਇੱਥੇ ਨੰਨਾ ਅੱਖਰ ਕੀ ਆ ਜੀ? ਮੁਕਤਾ ਵਾ, ਅਤੇ ਇਹ ਜਨ ਨੰਨਾ ਅੱਖਰ ਮੁਕਤਾ ਸਾਨੂੰ ਦੱਸ ਰਿਹਾ, ਇਹ ਜਨ ਸ਼ਬਦ ਨਾਊਨ ਆ, ਅਤੇ ਜਨ ਨਾਊਨ ਸ਼ਬਦ ਜਿਹੜਾ ਇਹ ਬਹੁਵਚਨ ਆ। ਸਤਸੰਗ ਦੇ ਗੁਰਬਾਣੀ ਵਿਆਕਰਨ ਦਾ ਵਿਸ਼ਾ ਵਾ ਇੱਥੇ ਗਿਆਨੀ ਤੇਜਾ ਸਿੰਘ ਸਾਨੂੰ ਦੱਸ ਰਿਹਾ। ਇੱਕ ਵਾਰ ਮੈਂ ਫਿਰ ਤੋਂ ਰਿਪੀਟ ਕਰ ਰਿਹਾ, ਇਹਨੂੰ ਸੁਣੋ ਧਿਆਨ ਨਾਲ ਜੀ। ਜਿਹੜੇ ਸ਼ਬਦ ਨਾਊਨ ਹੋਣ ਉਹਨਾਂ ਸ਼ਬਦਾਂ ਦੇ ਅਖੀਰਲੇ ਅੱਖਰ ਦੇ ਪੈਰ 'ਚ ਔਂਕੜ ਲੱਗੀ ਹੋਵੇ ਉਹ ਇੱਕ ਵਚਨ ਦੀ ਨਿਸ਼ਾਨੀ ਹੁੰਦੇ ਆ, ਅਤੇ ਉਹਨਾਂ ਨੂੰ ਉਹਨਾਂ ਸ਼ਬਦਾਂ ਨੂੰ ਬਹੁਵਚਨ ਬਣਾਉਣ ਵਾਸਤੇ ਉਹਨਾਂ ਸ਼ਬਦਾਂ ਦੇ ਅਖੀਰਲੇ ਪੈਰ ਵਿੱਚ ਜਿਹੜੀ ਲੱਗੀ ਹੋਈ ਔਂਕੜ ਹੁੰਦੀ ਉਹ ਲੱਥ ਜਾਂਦੀ ਆ, ਉਹ ਔਂਕੜ ਜਿਹੜੀ ਆ ਉੱਥੇ ਨਹੀਂ ਲਗਾਈ ਜਾਂਦੀ। ਗੁਰਬਾਣੀ ਦਾ ਵਾਕ ਆ ਜੀ, ਥਿਤ ਵਾਰ ਨਾ ਜੋਗੀ ਜਾਣੈ। ਹੁਣ ਇਹ ਜਪਜੀ ਸਾਹਿਬ ਦੀ ਪਾਵਨ ਬਾਣੀ ਦਾ ਪਾਠ ਆ ਜੀ, ਆਪਾਂ ਅਕਸਰ ਪੜ੍ਹਦੇ ਹਾਂ। ਇੱਥੇ ਸ਼ਬਦ ਆ ਜੀ ਵਾਰ, ਵਾਵੇ ਨੂੰ ਕੰਨਾ, ਰਾਰੇ ਦੇ ਪੈਰ 'ਚ ਔਂਕੜ। ਵਾਰ ਸ਼ਬਦ, ਰਾਰੇ ਪੈਰ, ਔਂਕੜ ਲੱਗੀ ਹੋਈ, ਇਹ ਸਾਨੂੰ ਦੱਸ ਰਹੀ ਹੈ ਵੀ ਇਹ ਕੀ ਹੈ ਜੀ ਸ਼ਬਦ? ਇਹ ਨਾਊਨ ਅਤੇ ਇੱਕ ਵਚਨ ਆ। ਇਸ ਤੋਂ ਅਗਲੀ ਰਾਤੀ ਰੁਤੀ ਥਿੱਤੀ ਵਾਰ, ਇਸ ਪੰਕਤੀ ਦਾ ਪਾਠ ਤੁਸੀਂ ਦੇਖੋ, ਰਾਤੀ ਰੁਤੀ ਥਿੱਤੀ ਵਾਰ। ਵਾਰ ਵਾਵੇ ਨੂੰ ਕੰਨਾ ਰਾਰਾ, ਪਰ ਰਾਰੇ ਦੇ ਪੈਰ 'ਚ ਇੱਥੇ ਔਂਕੜ ਨਹੀਂ ਲੱਗੀ ਹੋਈ, ਇਹ ਰਾਰਾ ਜਿਹੜਾ ਵਾ ਮੁਕਤਾ ਅੱਖਰ ਆ। ਤੋ ਇਹ ਸਤਸੰਗ ਦੇ ਸ਼ਬਦ ਕੀ ਆ ਜੀ? ਬਹੁਵਚਨ ਦੀ ਨਿਸ਼ਾਨੀ ਆ, ਸੌਖਾ ਵਾ, ਈਜ਼ੀ ਆ। ਤੋ ਸਤਸੰਗ ਮੈਂ ਉਮੀਦ ਕਰਦਾ ਵਾਂ ਵੀ ਆਪ ਸਮੂਹ ਸੰਗਤ ਨੂੰ ਜਿਹੜਾ ਹੈ ਇਸ ਨਿਯਮ ਦੀ ਜ਼ਰੂਰ ਸਮਝ ਲੱਗ ਗਈ ਹੋਵੇਗੀ। ਜੇ ਕੋਈ ਵੀ ਗੱਲਬਾਤ ਇਸ ਨਿਯਮ ਦੇ ਸੰਬੰਧ ਵਿੱਚ ਆਪ ਨੂੰ ਨਾ ਸਮਝ ਲੱਗੀ ਹੋਵੇ ਤਾਂ ਆ ਡਿਸਪਲੇ ਦੇ ਉੱਤੇ ਸਤਸੰਗ ਮੇਰਾ ਜਿਹੜਾ ਮੋਬਾਈਲ ਨੰਬਰ ਆ ਉਹ ਸ਼ੋ ਹੋ ਰਿਹਾ ਵਾ, ਤੁਸੀਂ ਮੇਰੇ ਨਾਲ ਇਸ ਮੋਬਾਈਲ ਨੰਬਰ ਦੇ ਉੱਤੇ ਵੀ ਰਾਬਤਾ ਕਾਇਮ ਕਰ ਸਕਦੇ ਹੋ। ਇਹ ਪਹਿਲਾ ਨਿਯਮ ਆ ਸ਼ਬਦਾਂਤਿਕ ਲਗਾ ਮਾਤਰਾ ਗੁਝੇ ਪੇਦ ਇਸ ਕਿਤਾਬ ਦਾ, ਜਿਸ ਪਹਿਲੇ ਨਿਯਮ ਵਿੱਚ ਸਤਸੰਗ ਗਿਆਨੀ ਤੇਜਾ ਸਿੰਘ ਨੇ ਸਾਨੂੰ ਸਮਝਾਇਆ ਵਾ ਵੀ ਮੁਕਤਾ, ਮੁਕਤਾ ਗੁਰਬਾਣੀ ਵਿੱਚ ਕਿਸ ਸੰਦਰਭ ਦੇ ਵਿੱਚ ਗੁਰਬਾਣੀ ਵਿਆਕਰਨ ਵਿੱਚ ਵਰਤਿਆ ਜਾਂਦਾ ਹੈ। ਹੁਣ ਦੂਜਾ ਨਿਯਮ ਸਤਸੰਗ, ਇਹਨੂੰ ਵੀ ਸੁਣੋ ਧਿਆਨ ਨਾਲ ਜੀ। ਗਿਆਨੀ ਤੇਜਾ ਸਿੰਘ
ਹੁਣ ਸਾਨੂੰ ਸਤਸੰਗ ਦੂਸਰਾ ਨਿਯਮ ਗੁਰਬਾਣੀ ਵਿਆਕਰਨ ਦਾ ਸਮਝਾਉਣ ਲੱਗੇ ਨੇ, ਇਹਨੂੰ ਸੁਣੋ। ਗਿਆਨੀ ਜੀ ਲਿਖਦੇ ਆ ਜੀ, ਜਿਹੜੇ ਇਸਤਰੀ ਲਿੰਗ ਨਾਉਣ ਵਾਲੇ ਸ਼ਬਦ ਹੁੰਦੇ ਆ, ਸਤਸੰਗ ਮੈਂ ਆਪ ਸਮੂਹ ਸੰਗਤ ਨਾਲ ਪਹਿਲਾਂ ਵੀ ਇਸ ਵਿਸ਼ੇ ਸੰਬੰਧੀ ਆਪ ਜੀ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ। ਇੱਕ ਸ਼ਬਦ ਆ ਇਸਤਰੀ ਲਿੰਗ ਵਾਚਕ, ਇੱਕ ਸ਼ਬਦ ਆ ਪੁਲਿੰਗ ਵਾਚਕ। ਪੁਲਿੰਗ ਸ਼ਬਦ ਮੇਲ ਆ, ਇਸਤਰੀ ਲਿੰਗ ਵਾਚਕ ਸ਼ਬਦ ਫੀਮੇਲ ਆ। ਅਸੀਂ ਪੰਜਾਬੀ ਦੀ ਵਿਆਕਰਨ ਵਿੱਚ, ਗੁਰਬਾਣੀ ਦੀ ਵਿਆਕਰਨ 'ਚ ਇਹਨਾਂ ਸ਼ਬਦਾਂ ਬਾਰੇ ਬਹੁਤ ਵਾਰ ਪੜ੍ਹਦੇ ਹਾਂ, ਸੁਣਦੇ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚ ਅਗਲੇ ਯਾਦ ਰੱਖੋ, ਇਸਤਰੀ ਲਿੰਗ ਵਾਚਕ ਪੁਲਿੰਗ ਵਾਚਕ ਸ਼ਬਦ ਬਹੁਤ ਵਾਰੀ ਆਏ ਆ ਜੀ। ਸਾਨੂੰ ਇਹਨਾਂ ਸ਼ਬਦਾਂ ਦੀ ਪਛਾਣ ਹੋਣੀ ਬੜੀ ਜ਼ਰੂਰੀ ਆ। ਤੋ ਇੱਥੇ ਗਿਆਨੀ ਤੇਜਾ ਸਿੰਘ ਦੱਸ ਰਿਹਾ, ਜਿਹੜੇ ਇਸਤਰੀ ਲਿੰਗ ਵਾਚਕ ਸ਼ਬਦ ਆ, ਉਹ ਸ਼ਬਦ ਅਗਰ ਨਾਉਣ ਹੋਣ ਅਤੇ ਉਹਨਾਂ ਸ਼ਬਦਾਂ ਦੇ ਅਖੀਰਲੇ ਅੱਖਰ ਦੇ ਪੈਰ ਵਿੱਚ ਔਂਕੜ ਜਿਹੜੀ ਆ ਉਹ ਨਹੀਂ ਲੱਗੀ ਹੁੰਦੀ। ਤੋ ਇੱਥੇ ਸਤਸੰਗ ਇਹ ਗੱਲ ਸਾਨੂੰ ਸਮਝ ਵਿੱਚ ਆਉਂਦੀ ਆ ਵੀ ਜਿਹੜੇ ਸ਼ਬਦ ਨਾਉਣ ਹੋਣ ਅਤੇ ਨਾਉਣ ਸ਼ਬਦ ਦੇ ਨਾਲ ਨਾਲ ਉਹ ਸ਼ਬਦ ਇਸਤਰੀ ਲਿੰਗ ਵਾਚਕ ਹੋਣ ਅਤੇ ਇਸਤਰੀ ਲਿੰਗ ਵਾਚਕ ਸ਼ਬਦਾਂ ਦੇ ਵੀ ਅਖੀਰਲੇ ਅੱਖਰ ਦੇ ਨਾਲ ਔਂਕੜ ਨਹੀਂ ਆਉਂਦੀ। ਇੱਕ ਤਾਂ ਸੀ ਜੀ ਨਾਉਣ ਸ਼ਬਦ ਪਲੱਸ ਬਹੁਵਚਨ ਹੋਣ, ਉਹਨਾਂ ਸ਼ਬਦਾਂ ਦੇ ਅਖੀਰਲੇ ਅੱਖਰ ਦੇ ਪੈਰ 'ਚ ਔਂਕੜ ਨਹੀਂ ਆਉਂਦੀ। ਦੂਸਰਾ ਨਿਯਮ ਆ ਜੀ, ਇਸਤਰੀ ਲਿੰਗ ਵਾਚਕ ਸ਼ਬਦ ਹੋਵੇ, ਨਾਉਣ ਹੋਵੇ, ਉਹ ਸ਼ਬਦਾਂ ਦੇ ਵੀ ਅਖੀਰਲੇ ਅੱਖਰ ਦੇ ਪੈਰ 'ਚ ਔਂਕੜ ਨਹੀਂ ਆਉਂਦੀ। ਪਰ ਉਹ ਜਿਹੜੇ ਸ਼ਬਦ ਆ ਉਹ ਸਤਸੰਗ ਇੱਕ ਵਚਨ ਹੁੰਦੀ ਆ। ਸਤਸੰਗ ਉਦਾਹਰਣ ਦੇ ਤੌਰ 'ਤੇ ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਦਾ ਪਾਠ ਸੁਣੋ ਜੀ, ਦੇਖੋ ਧਿਆਨ ਨਾਲ ਜੀ। ਇੱਕ ਵਿਖ ਨਾ ਚੱਲੇ ਸਾਥ, ਵਿਖ ਸ਼ਬਦ ਵਾਵੇ ਨੂੰ ਸਿਹਾਰੀ ਖੱਖਾ। ਹੁਣ ਇੱਥੇ ਜਿਹੜਾ ਵਿਖ ਸ਼ਬਦ ਆ ਇਹ ਕੀ ਆ ਜੀ, ਇਸਤਰੀ ਲਿੰਗ ਵਾਚਕ ਹੈ, ਇਹ ਨਾਉਣ ਆ, ਪਰ ਇੱਥੇ ਖੱਖੇ ਦੇ ਪੈਰ 'ਚ ਔਂਕੜ ਨਹੀਂ ਲੱਗੀ ਹੋਈ। ਇਹ ਖੱਖੇ ਪੈਰ ਔਂਕੜ ਨਾ ਲੱਗਣ ਦਾ ਕਾਰਨ ਇਹ ਆ ਵੀ ਇਹ ਸ਼ਬਦ ਸਾਨੂੰ ਦੱਸ ਰਿਹਾ ਵੀ ਇਹ ਇਸਤਰੀ ਲਿੰਗ ਵਾਚਕ ਸ਼ਬਦ ਆ, ਕਿਉਂਕਿ ਵਿਖ ਦਾ ਅਰਥ ਆ ਜ਼ਹਿਰ। ਇਸ ਤੋਂ ਅੱਗੇ ਸਤਸੰਗਤ ਗੁਰਬਾਣੀ ਦਾ ਪਾਠ ਸੁਣੋ ਜੀ। ਮਨ ਤਨ ਦੇਹ ਸੁਖਾਲੀ, ਦੇਹ ਸ਼ਬਦ ਜਿਹੜਾ ਵਧਦ ਦੇ ਉੱਤੇ ਇਕਲਾ ਹਾਹਾ। ਹੁਣ ਇਹ ਜਿਹੜਾ ਹਾਹਾ ਅੱਖਰ ਆ ਜੀ, ਇਹ ਵੀ ਮੁਕਤਾ ਵਾ। ਦੇਹ ਸ਼ਬਦ ਜਿਹੜਾ ਹੈ ਇਹ ਇਸਤਰੀ ਲਿੰਗ ਵਾਚਕ ਆ, ਕਿਉਂਕਿ ਦੇਹ ਹੁੰਦੀ ਆ, ਦੇਹ ਹੁੰਦਾ ਨਹੀਂ ਆ। ਪਰ ਇਸ ਤੋਂ ਅੱਗੇ ਤੁਸੀਂ ਦੇਖੋ ਮਨ ਤਨ, ਤਨ ਜਿਹੜਾ ਸ਼ਬਦ ਆ ਇਹ ਸਤਸੰਗਤ ਪੁਲਿੰਗ ਵਾਚੀ ਆ। ਹੈ ਸ਼ਬਦ ਤਨ ਵੀ ਨਾਉਣ, ਦੇਹ ਵੀ ਨਾਉਣ, ਪਰ ਤਨ ਸ਼ਬਦ ਤੁਸੀਂ ਦੇਖੋ ਇਹ ਪੁਲਿੰਗ ਵਾਚੀ ਆ, ਦੇਹ ਸ਼ਬਦ ਜਿਹੜਾ ਵਾ ਉਹ ਇਸਤਰੀ ਲਿੰਗ ਵਾਚੀ ਸ਼ਬਦ ਆ। ਇਸ ਵਾਸਤੇ ਇਹਦੇ ਦੇਹ ਸ਼ਬਦ ਹਾਹੇ ਦੇ ਪੈਰ 'ਚ ਔਂਕੜ ਨਹੀਂ ਲੱਗੀ ਹੋਈ। ਸਤਸੰਗਤ ਮੈਂ ਸਮਝਦਾ, ਉਮੀਦ ਕਰਦਾ ਵੀ ਤੁਹਾਨੂੰ ਇਹ ਗੱਲ ਜ਼ਰੂਰ ਸਮਝ ਵਿੱਚ ਆ ਰਹੀ ਹੋਵੇਗੀ। ਫਿਰ ਸਤਸੰਗਤ ਇਸ ਤੋਂ ਅੱਗੇ ਗੁਰਬਾਣੀ ਦੀ ਪੰਕਤੀ ਦਾ ਇੱਕ ਹੋਰ ਪਾਠ ਤੁਸੀਂ ਦੇਖੋ। ਗਿਆਨੀ ਜੀ ਨੇ ਇੱਥੇ ਉਦਾਹਰਣ ਦਿੱਤੀ ਹੈ ਜੀ, ਕਮਲ ਕੀ ਸਾਰ ਨਹੀਂ ਮੂਲ ਪਾਈ। ਕਮਲ ਕੀ ਸਾਰ, ਸਾਰ ਦਾ ਅਰਥ ਆ ਇੱਥੇ ਜੀ ਖਬਰ। ਇੱਥੇ ਸਾਰ ਸ਼ਬਦ ਦਾ ਸਰੂਪ ਦੇਖੋ, ਸੱਸੇ ਨੂੰ ਕੰਨਾ, ਰਾਰਾ, ਰਾਰਾ ਜਿਹੜਾ ਵਾ ਉਹ ਅੱਖਰ ਮੁਕਤਾ ਵਾ। ਸਤਸੰਗਤ ਇਹ ਸਾਰ ਖਬਰ, ਖਬਰ ਕੀ ਹੈ ਜੀ, ਹੁੰਦੀ, ਖਬਰ ਹੁੰਦਾ ਨਹੀਂ ਆ। ਖਬਰ ਸਾਰ ਇਹ ਆ ਜੀ ਇਸਤਰੀ ਲਿੰਗ ਵਾਚੀ ਸ਼ਬਦ। ਪਰ ਇੱਕ ਗੱਲ ਹੋਰ ਇੱਥੇ ਖਿਆਲ ਰੱਖੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਸਤਸੰਗਤ ਇਹ ਵੀ ਯਾਦ ਰੱਖੋ, ਜਿਹੜਾ ਸਾਰ ਸ਼ਬਦ ਆ ਉਹ ਇਸਤਰੀ ਲਿੰਗ ਵਾਚੀ ਵੀ ਆਇਆ ਵਾ ਅਤੇ ਪੁਲਿੰਗ ਵਾਚੀ ਵੀ ਆਇਆ ਵਾ। ਜਦੋਂ ਅਸੀਂ ਮਹਾਰਾਜ ਦੀ ਬਾਣੀ ਦੇ ਵਿੱਚ ਜਪਜੀ ਸਾਹਿਬ ਦੀ ਪਾਵਨ ਪੰਕਤੀ ਦਾ ਪਾਠ ਪੜ੍ਹਦੇ ਹਾਂ ਜੀ, ਵੀ ਨਾਨਕ ਕਥਨਾ ਕਰੜਾ ਸਾਰ, ਉੱਥੇ ਜਿਹੜਾ ਸ਼ਬਦ ਆ ਕਰੜਾ ਸਾਰ, ਸਾਰ ਸ਼ਬਦ ਉੱਥੇ ਤੁਸੀਂ ਦੇਖੋ ਸੱਸੇ ਨੂੰ ਕੰਨਾ, ਰਾਰੇ ਦੇ ਪੈਰ 'ਚ ਔਂਕੜ ਲੱਗੀ ਹੋਈ ਆ। ਉਹ ਸਾਰ ਦਾ ਅਰਥ ਆ ਜੀ ਲੋਹਾ, ਜਾਂ ਸਾਰ ਦਾ ਅਰਥ ਆ ਅਸਲ, ਜਾਂ ਸਾਰ ਦਾ ਅਰਥ ਆ ਤੱਤ। ਜਦੋਂ ਸਤਸੰਗ ਦੇ ਸਾਰ ਪੁਲਿੰਗ ਵਾਚੀ ਸ਼ਬਦ ਹੋਵੇਗਾ, ਨਾਉਣ ਹੋਵੇਗਾ, ਉੱਥੇ
ਅਖੀਰਲੇ ਅੱਖਰ ਦੇ ਪੈਰ 'ਚ ਔਂਕੜ ਜ਼ਰੂਰ ਲੱਗੀ ਹੋਵੇਗੀ। ਤੋ ਸਤਸੰਗ, ਮੈਂ ਸਮਝਦਾ ਵੀ ਆਪ ਸਮੂਹ ਸੰਗਤ ਨੂੰ ਗੱਲ ਜ਼ਰੂਰ ਸਮਝ ਵਿੱਚ ਆ ਰਹੀ ਹੋਵੇਗੀ। ਇੱਥੇ ਆਪਾਂ ਹੋਰ ਕਈ ਸ਼ਬਦ ਜਿਹੜੇ ਆ ਗੁਰਬਾਣੀ ਦੇ ਵਿੱਚੋਂ ਆਪਾਂ ਪੜ੍ਹਦੇ ਹਾਂ ਜਿਹੜੇ ਇਸਤਰੀ ਲਿੰਗ ਵਾਚੀ ਆ, ਅਤੇ ਉਹਨਾਂ ਸ਼ਬਦਾਂ ਦੇ ਅਖੀਰਲੇ ਅੱਖਰ ਦੇ ਪੈਰ 'ਚ ਔਂਕੜ ਨਹੀਂ ਲੱਗੀ ਹੁੰਦੀ। ਜਿਵੇਂ ਵਾਤ ਜਾਂ ਬਾਤ ਜਾਂ ਧੋਖ ਜਾਂ ਧੀਰ ਜਾਂ ਪਿਆਸ, ਖੇ, ਸੇਵ, ਵੇਲ, ਘਾਲ, ਠੌਰ, ਗਣਤ, ਕਲਮ, ਵਾਟ, ਪੂਜ, ਭੁੱਖ, ਭੂਖ, ਨੀਂਦ, ਕੰਧ, ਤਿੱਖ, ਪੀੜ ਜਾਂ ਪੀਰ, ਬਾਹ, ਆਸ ਆਦਿ। ਹੁਣ ਇਹ ਸਾਰੇ ਦੇ ਸਾਰੇ ਸ਼ਬਦ ਜਿਹੜੇ ਸਤਸੰਗ ਤੁਸੀਂ ਇਸ ਵਕਤ ਸਕਰੀਨ 'ਤੇ ਦੇਖ ਰਹੇ ਹੋ, ਸਾਰੇ ਸ਼ਬਦ ਕੀ ਆ ਜੀ? ਇਸਤਰੀ ਲਿੰਗ ਵਾਚੀ ਸ਼ਬਦ ਆ, ਅਤੇ ਇਹਨਾਂ ਸ਼ਬਦਾਂ ਦੇ ਅਖੀਰਲੇ ਅੱਖਰ ਦੇ ਪੈਰ ਵਿੱਚ ਔਂਕੜ ਨਹੀਂ ਲੱਗੀ ਹੋਈ। ਤੋ ਸਤਸੰਗਤ, ਅੱਜ ਮੈਂ ਸਮਝਦਾ ਵੀ ਇਹ ਦੋ ਨਿਯਮ ਹੀ ਕਾਫੀ ਆ ਸਮਝਣ ਵਾਸਤੇ। ਪਹਿਲਾ ਨਿਯਮ ਅਸੀਂ ਸਤਸੰਗਤ ਪੜ੍ਹਿਆ ਵਾ, ਜਿਨ੍ਹਾਂ ਨਾਉਣ ਵਾਲੇ ਸ਼ਬਦਾਂ ਦੇ ਅਖੀਰਲੇ ਅੱਖਰ ਦੇ ਪੈਰ 'ਚ ਔਂਕੜ ਹੋਵੇ ਉਹ ਸ਼ਬਦ ਕੀ ਹੁੰਦੇ ਆ ਜੀ? ਇੱਕ ਵਚਨ। ਉਹਨਾਂ ਇੱਕ ਵਚਨ ਸ਼ਬਦਾਂ ਨੂੰ ਬਹੁ ਵਚਨ ਬਣਾਉਣ ਵਾਸਤੇ ਨਾਉਣ ਵਾਲੇ ਸ਼ਬਦ ਦੇ ਅਖੀਰਲੇ ਅੱਖਰ ਦੇ ਪੈਰ ਵਿੱਚ ਜਿਹੜੀ ਔਂਕੜ ਆ ਉਹ ਲੱਥ ਜਾਂਦੀ ਆ, ਉੱਥੇ ਔਂਕੜ ਨਹੀਂ ਲੱਗੀ ਹੁੰਦੀ, ਉਹ ਸ਼ਬਦ ਬਣ ਜਾਂਦੇ ਜੀ ਬਹੁ ਵਚਨ। ਫਿਰ ਦੂਸਰਾ ਨਿਯਮ ਅੱਜ ਕੀ ਸਿੱਖਿਆ ਵਾ ਜੀ? ਜਿਹੜੇ ਸ਼ਬਦ ਇਸਤਰੀ ਲਿੰਗਵਾਚੀ ਹੋਣ, ਨਾਉਣ ਹੋਣ, ਉਹਨਾਂ ਸ਼ਬਦਾਂ ਦੇ ਵੀ ਅਖੀਰਲੇ ਅੱਖਰ ਦੇ ਪੈਰ 'ਚ ਔਂਕੜ ਜਿਹੜੀ ਆ ਉਹ ਨਹੀਂ ਲੱਗੀ ਹੁੰਦੀ। ਤੋ ਸਤਸੰਗਤ, ਅਖੀਰ 'ਤੇ ਜਾਂਦਿਆਂ ਜਾਂਦਿਆਂ ਇੱਕ ਵਾਰ ਫਿਰ ਮੈਂ ਰਿਪੀਟ ਬੇਨਤੀ ਕਰਦੇ ਹਾਂ। ਠੀਕ ਆ, ਬਹੁਤ ਡੂੰਘੀ ਗੁਰਬਾਣੀ ਵਿਆਕਰਨ ਦੀ ਮੈਂ ਸੋਝੀ ਨਹੀਂ ਰੱਖਦਾ, ਪਰ ਜਿੰਨੀ ਵੀ ਗੁਰਬਾਣੀ ਵਿਆਕਰਨ ਦੇ ਉੱਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਥੋੜ੍ਹੀ ਬਹੁਤੀ ਪਕੜ ਹੈ, ਉਸ ਪਕੜ ਦੇ ਅਨੁਸਾਰ ਸਤਸੰਗ ਜ਼ਰੂਰ ਮੈਂ ਆਪ ਸਮੂਹ ਸਿੱਖ ਸੰਗਤਾਂ ਦੇ ਨਾਲ ਜਿਹੜੀ ਇਹ ਜਾਣਕਾਰੀ ਸਾਂਝੀ ਕਰਾਂਗਾ ਅਤੇ ਅਗਾਂਹ ਵੀ ਸਾਂਝੀ ਕਰਦਾ ਰਹਾਂਗਾ। ਇਸ ਸ਼ਬਦਾਂਤਿਕ ਲਗਾ ਮਾਤਰਾ ਦੇ ਗੁੱਝੇ ਭੇਦ ਇਸ ਕਿਤਾਬ ਦੇ ਵਿੱਚੋਂ ਆਉਣ ਵਾਲੇ ਸਤਸੰਗ ਦਿਨਾਂ ਵਿੱਚ ਆਪਾਂ ਹੋਰ ਪ੍ਰੋਗਰਾਮਾਂ ਦੇ ਵਿੱਚ ਜਿਹੜੀ ਆ ਹੋਰ ਗੁਰਬਾਣੀ ਵਿਆਕਰਨ ਦੇ ਵਿਸ਼ੇ ਦੇ ਸੰਦਰਭ ਵਿੱਚ ਜਾਣਕਾਰੀ ਜਿਹੜੀ ਆ ਉਹ ਜ਼ਰੂਰ ਸਾਂਝੀ ਕਰਾਂਗੇ। ਸੋ ਜੇ ਅੱਜ ਦਾ ਇਹ ਪ੍ਰੋਗਰਾਮ ਸਤਸੰਗ ਦਾ ਸਮੂਹ ਸੰਗਤ ਨੂੰ ਪਸੰਦ ਆਇਆ ਹੋਵੇ ਤਾਂ ਹੋਰਨਾਂ ਸਿੱਖ ਸੰਗਤਾਂ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਨੂੰ ਸ਼ੇਅਰ ਕਰਨਾ ਨਾ ਭੁੱਲਿਓ। ਸਾਰੀਆਂ ਸਿੱਖ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।